ਸੋਸ਼ਗਾਲਦੀ ਮੈਂ ਹਾਂ ਜਗਰਾਤ ਸੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਖਬਰ ਜੁੜੀ ਹੈ ਜੀ ਸ਼ੇਅਰ ਮਾਰਕੀਟ ਦੇ ਨਾਲ ਤੇ ਸ਼ੇਅਰ ਮਾਰਕੀਟ ਦਾ ਜਦੋਂ ਜ਼ਿਕਰ ਕਰਦੇ ਹਾਂ ਤਾਂ ਉੱਥੇ ਸੇਬੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਸੋ ਬੀਤੇ ਦਿਨਾਂ ਦੇ ਵਿੱਚ ਸੇਬੀ ਦਾ ਵਿਰੋਧ ਕੀਤਾ ਗਿਆ ਸੀਗਾ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜਾ ਰਾਜਨੀਤਿਕ ਦਿਲਾਵਲੋਂ ਸੇਬੀ ਦਾ ਵਿਰੋਧ ਕੀਤਾ ਗਿਆ ਸੀ ਔਰ ਇਹਨਾਂ ਅਧਿਕਾਰੀਆਂ ਦੇ ਉੱਪਰ ਵੱਡੇ ਦੋਸ਼ ਲਾਏ ਗਏ ਸੀਗੇ ਸੋ ਇਸ ਵੇਲੇ ਸੇਬੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਨਿਲ ਅੰਬਾਨੀ ਦੇ ਅਤੇ 24 ਹੋਰ ਅਦਾਰਿਆਂ ਤੇ ਸੇਬੀ ਦੀ ਵੱਡੀ ਕਾਰਵਾਈ ਇਸ ਵੇਲੇ ਕੀਤੀ ਗਈ ਹੈ ਤੇ 5 ਸਾਲ ਲਈ ਸ਼ੇਅਰ ਬਾਜ਼ਾਰ ਦੇ ਵਿੱਚੋਂ ਜਿਹੜਾ ਬੈਨ ਕਰ ਦਿੱਤਾ ਗਿਆ ਹੈ ਸੋ ਅਨਿਲ ਬਾਨੀ ਦੇ ਨਾਲ ਨਾਲ ਹੋਰ ਜਿਹੜੇ 24 ادارے ਨੇ ਉਹਨਾਂ ਦੇ ਉੱਤੇ SEBI ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਉਹਨਾਂ ਨੂੰ 5 ਸਾਲ ਦੇ ਲਈ ਸ਼ੇਅਰ ਬਾਜ਼ਾਰ ਦੇ ਵਿੱਚੋਂ ਸ਼ੇਅਰ ਮਾਰਕੀਟ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ ਹੈ ਸੋ ਦੱਸ ਦੇ ਕਿ ਬਾਜ਼ਾਰ ਰੈਗੂਲੇਟਰੀ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ SEBI ਵੀ ਕਹਿ ਦਿੰਦੇ ਹਾਂ ਸੋ ਨੇ ਕਾਰੋਬਾਰੀ ਅਨਿਲ ਬਾਨੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਸੋਸ਼ੇਬੀ ਨੇ ਉਸਤੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਤੇ ਉਸਤੇ 5 ਸਾਲ ਲਈ ਪ੍ਰਤੀਭੂਤੀ ਬਾਜ਼ਾਰ ਚੋਂ ਯਾਨੀ ਕਿ ਸ਼ੇਅਰ ਮਾਰਕੀਟ ਦੇ ਵਿੱਚੋਂ ਪਾਬੰਦੀ ਲਗਾ ਦਿੱਤੀ ਗਈ ਹੈ ਸੋਸ਼ੇਬੀ ਨੇ ਅਨਿਲ ਅਵਾਨੀ ਤੋਂ ਇਲਾਵਾ ਰਿਲਾਇੰਸ ਹੋਮ ਫਾਈਨੈਂਸ ਦੇ ਜਿਹੜੇ ਸਾਬਕਾ ਪ੍ਰਮੁੱਖ ਅਧਿਕਾਰੀਆਂ ਸਮੇਤ 24 ਹੋਰ ਇਕਾਈਆਂ ਦੇ ਖਿਲਾਫ ਜਿਹੜੀ ਆ ਕੰਪਨੀ ਤੋਂ ਫੰਡਾਂ ਦੇ ਡਿਵਰਜਨ ਦੇ ਦੋਸ਼ ਚ ਜਿਹੜੀ ਕਾਰਵਾਈ ਕੀਤੀ ਹੈ ਸੋਸ਼ੇਬੀ ਦੀ ਇਸ ਕਾਰਵਾਈ ਤੋਂ ਬਾਅਦ ਅਨੀਲੰਬਾਨੀ 5 ਸਾਲ ਲਈ ਕਿਸੇ ਵੀ ਲਿਮਟਿਡ ਕੰਪਨੀ ਜਾਂ ਮਾਰਕੀਟ ਰੈਗੂਲੇਟਰ ਨਾਲ ਰਜਿਸਟਰਡ ਕਿਸੇ ਵੀ ਢੰਗ ਨਾਲ ਜੁੜਾਵਾ ਡਾਇਰੈਕਟ ਜਾਂ ਮੁੱਖ ਪ੍ਰਬੰਧਕ ਪਰਸਨਲ ਦੇ ਤੌਰ ਤੇ ਸ਼ੇਅਰ ਬਾਜ਼ਾਰ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਸੋ ਇਸ ਤੋਂ ਇਲਾਵਾ ਰਿਲਾਇੰਸ ਹੋਮ ਫਾਈਨਾਂਸ ਉਤੇ 6 ਮਹੀਨਿਆਂ ਲਈ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਸ ਤੇ 6 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤੁਸੀਂ ਵੀ ਨੇ ਜਾਂਚ ਧੋਖਾ ਧੜੀ ਦਾਡਾ ਖੁਲਾਸਾ ਕਰਦੇ ਹਾਂ ਸੇਬੀ ਨੇ 22 ਪੰਨਿਆਂ ਦੇ ਅੰਤਿਮ ਅਦੇਸ਼ ਵਿੱਚ ਕਿਹਾ ਹੈ ਕਿ ਅਨੀਲਮ ਬਾਨੀ ਨੇ ਆਰ ਐਚ ਐਫ ਐਲ ਦੇ ਮੁੱਖ ਪ੍ਰਬੰਧਕੀ ਕਰਮਚਾਰੀਆਂ ਦੀ ਮੱਦੇਨਾਲ ਆਰ ਐਚ ਐਫ ਐਲ ਤੋਂ ਫੰਡ ਖੋਣ ਲਈ ਇੱਕ ਧੋਖਾਧੜੀ ਵਾਲੀ ਜਿਹੜੀ ਯੋਜਨਾ ਬਣਾਈ ਸੀ ਸੋ ਜਿਸ ਨੂੰ ਉਸਨੇ ਆਪਣੇ ਨਾਲ ਜੁੜੀਆਂ ਸੰਸਥਾਵਾਂ ਨੂੰ ਕਰਜ਼ਵਜੋਂ ਪੇਸ਼ ਕੀਤਾ ਸੀ ਸੋ ਨਿਜਮਾਦੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਦੇਖੀਦਾ ਚੱਲਦੇ ਹੋਏ ਜਿਹੜੀ ਕਾਰਵਾਈ ਕੀਤੀ ਗਈ ਹੈ ਸੋ ਹਾਲਾਂਕਿ ਆਰ ਐਚ ਐਫ ਐਲ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਅਜਿਹੇ ਕਰਜ਼ੇ ਦੇਣ ਦੀ ਤਰੀਕਿਆਂ ਨੂੰ ਰੋਕਣ ਲਈ ਜੜਾ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ ਤੇ ਕਾਰਪੋਰੇਟ ਕਰਜ਼ਿਆਂ ਦੀ ਜੜੀ ਨਿਯਮਤ ਤੌਰ ਤੇ ਜਾਂਚ ਕੀਤੀ ਸੀ ਪਰ ਕੰਪਨੀ ਦੇ ਪ੍ਰਬੰਧਨ ਨੇ ਇਨ੍ਹਾਂ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਸੋ ਇਹ ਦਰਸਾਉਂਦਾ ਹੈ ਕਿ ਸ਼ਾਸਨ ਵਿੱਚ ਇੱਕ ਮਹੱਤਵਪੂਰਨ ਅਸਫਲਤਾ ਹੈ ਜੋ ਅਨਿਲਮ ਬਾਨੀ ਦੇ ਪ੍ਰਭਾਵ ਹੇਠ ਕੁਝ ਪ੍ਰਮੁੱਖ ਪ੍ਰਬੰਧਕੀ ਕਰਮਚਾਰੀਆਂ ਦੁਆਰਾ ਚਲਾਇਆ ਜਾਂਦਾ ਹੈ ਸੋ ਇਸ ਵੇਲੇ ਵੱਡੀ ਖਬਰ ਜਿਹੜੀ ਸ਼ੇਅਰ ਮਾਰਕੀਟ ਦੇ ਨਾਲ ਜੁੜੀ ਹੋਈ ਹੈ ਸ਼ੇਅਰ ਮਾਰਕੀਟ ਦੇ SEBI ਨੇ ਵੱਲੋਂ ਜਿਹੜਾ ਵੱਡਾ ਜਿਹੜਾ ਐਕਸ਼ਨ ਲਿਆ ਗਿਆ ਹੈ ਅਨਿਲ ਅੰਬਾਨੀ ਤੇ ਹੋਰ 24 ਅਦਾਰਿਆਂ ਦੇ ਖਿਲਾਫ ਸੋ ਇਸ ਤਰ੍ਹਾਂ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਦੇਖਦੇ ਰਹੋ ਅਜੀਤਪਬ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ